ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਾਰੀਆਂ ਸੰਗਤਾਂ ਨੂੰ, ਖਾਸ ਕਰਕੇ ਕੰਪੈਨਾਂ ਵਾਲੇ ਵੀਰਾਂ ਨੂੰ। ਅਸੀਂ ਹੁਣ ਇਸ ਟਾਈਮ ਪਲਵਲ ਦੇ ਲਾਗੇ ਮਟਰੋਲੇ ਕਸ਼ਵੀ ਦੇ ਨਾਲ ਹਾਂ, ਸਾਈਡ 'ਤੇ ਸਾਡੀ ਮਸ਼ੀਨ ਹੈ। ਇੱਥੇ 1000 ਰੁਪਇਆ ਰੇਟ ਨੂੰ ਚੜ੍ਹਦੀ ਬਾਈ ਜੀ, ਇਹ ਬੇਨਤੀਆਂ ਜ਼ਰੂਰੀ ਦੱਸਣ ਵਾਲੀਆਂ ਨੇ। ਉੱਥੇ ਇੱਕ ਭਾਈ ਸਾਹਿਬ ਜੀ ਆਏ ਕੰਪੈਨ ਵਾਲੇ, 900 ਨੂੰ ਆ ਕੇ ਚਲਾ ਤੀ ਉਸ ਪਿੰਡ ਦੇ ਵਿੱਚ, ਅਤੇ ਨਾ ਸਾਨੂੰ ਪੁੱਛਿਆ ਵੀ ਬਾਈ ਜੀ ਕੀ ਰੇਟ ਚੱਲਦਾ। ਸਾਡੀ ਮਸ਼ੀਨ ਆ ਤੁਹਾਡੇ ਸਾਹਮਣੇ ਆ ਖੜ੍ਹੀ ਹੈ, ਅਤੇ ਉਹ ਬਾਈ ਜੀ 900 ਵਾਲੀ ਦੀ ਚੜ੍ਹ ਰਹੀ ਹੈ। ਜੇ ਹੁਣ ਜਾ ਕੇ ਅਸੀਂ ਉੱਥੇ 800 ਨੂੰ ਚਲਾਉਣੇ ਆ, ਨਾਲੇ ਤਾਂ ਅਸੀਂ ਉਹਦੇ ਪੇਟ ਦੇ ਲੱਤ ਮਾਰਦੇ ਹਾਂ, ਨਾਲੇ ਅਸੀਂ ਆਪਦੇ ਪੇਟ 'ਚ ਲੱਤ ਮਾਰਦੇ ਹਾਂ। ਵੀ ਬਾਈ ਜੀ ਇਹ ਬੇਨਤੀਆਂ ਜ਼ਰੂਰ ਧਿਆਨ ਨਾਲ ਸੁਣ ਲਓ, ਵੀ ਬਾਈ ਜੀ ਇਹੋ ਜਿਹਾ ਕੰਮ ਹੱਥ ਬੰਨ ਕੇ ਬੇਨਤੀ ਹੈ, ਕੰਮ ਨਾ ਕਰਿਆ ਕਰੋ। ਤੁਹਾਡੇ ਵੀ ਬੱਚੇ ਨੇ, ਜਿਹਦੀ ਅੱਗੇ ਕੰਪੈਨ ਚੱਲ ਰਹੀ ਹੈ ਉਹਦੇ ਵੀ ਬੱਚੇ ਨੇ। ਇਹ ਗੱਲਾਂ ਕਿਸੇ ਦੇ ਮਤਲਬ ਕਿਸੇ ਤੋਂ ਰੋਟੀ ਖੋਣੀ ਆਪ ਖਾ ਲੈਣੀ ਉਹ ਚੰਗੀ ਜਿਹੀ ਗੱਲ ਨਹੀਂ ਹੁੰਦੀ। ਬਾਈ ਜੀ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੇ ਇਲਾਕੇ 'ਚ ਜਿਹੋ ਜਿਹਾ ਰੇਟ ਚੱਲਦਾ ਉਸ ਇਲਾਕੇ ਦੇ ਵਿੱਚ ਉਸ ਰੇਟ 'ਤੇ ਵੱਢੋ, ਅਤੇ ਆਪਾਂ ਇੱਕ ਝੰਡੇ ਦੇ ਥੱਲੇ ਇਕੱਠੇ ਹੋ, ਯੂਨੀਅਨ ਬਣਾਓ ਆਪਣੇ ਤਰ੍ਹਾਂ ਦੀ। ਆਪਣੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਆਪਾਂ ਇਕਜੁੱਟ ਹੋ ਕੇ ਉਸਦਾ ਕੋਈ ਮਸਲਾ ਹੱਲ ਕਰ ਲਿਆ ਕਰੀਏ। ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰੋ ਬਾਈ ਜੀ। ਦੂਸਰੀਆਂ ਬੇਨਤੀਆਂ ਕਈ ਹੋਰ ਨੇ, ਜਿਵੇਂ ਦੇਖੋ ਆਪਾਂ ਨੇ 20-25 ਲੱਖ ਰੁਪਇਆ ਲਾਈ ਬੈਠਾ, ਸਵੇਰ ਪਾਠ ਕੀ ਹੋਰ ਕੀ, ਦੁੱਗਣੇ ਤਿੱਗਣੇ ਰੇਟ ਹੋ ਗਏ ਨੇ ਸਪੇਅਰ ਪਾਰਟ ਦੇ, ਬੈਲਟਾਂ ਦੇ, ਹੋਰ ਸਟਾਪਾਂ ਦੇ। ਮੈਂ ਵੀ ਇੱਕ ਸਟਾਪ ਵਾਲਾ ਹੀ ਬੰਦਾ, ਵੀ ਆਪਾਂ ਰੇਟ ਇੱਕ ਰੇਟ 'ਤੇ, ਜਿਵੇਂ ਕੋਈ ਇਲਾਕੇ ਦਾ ਰੇਟ ਹੈ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ, ਵੀ ਇੱਕ ਰੇਟ 'ਤੇ ਵੱਢੋ ਅਤੇ ਆਪਾਂ ਯੂਨੀਅਨ ਬਣਾਓ। ਖਾਸ ਕਰਕੇ ਮਾਲਕਾਂ ਨੂੰ ਵੀ ਅਤੇ ਡਰਾਈਵਰ ਬਾਈਆਂ ਨੂੰ, ਫੋਰਮੈਨਾਂ ਨੂੰ ਮੇਰੀ ਖਾਸ ਕਰਕੇ ਬੇਨਤੀ, ਹੱਥ ਬੰਨ ਕੇ ਬੇਨਤੀ ਹੈ, ਬੇਨਤੀ ਪ੍ਰਵਾਨ ਕਰਿਓ। ਜਿਵੇਂ ਹੁਣ ਆਪਾਂ ਦੇਖੋ ਆਹ ਸਾਡੀਆਂ ਮਸ਼ੀਨਾਂ ਖੜ੍ਹੀਆਂ ਨੇ, ਉਹ ਉੱਧਰ ਬਾਈ ਹੋਰਾਂ ਦੀਆਂ ਸਾਹਮਣੇ ਦੇਖੋ ਮਸ਼ੀਨਾਂ ਖੜ੍ਹੀਆਂ ਨੇਗੀਆਂ, ਟੂੜੀ ਵਾਲੀਆਂ ਮਸ਼ੀਨਾਂ ਖੜ੍ਹੀਆਂ ਨੇ ਸਾਹਮਣੇ। ਬੜਾ ਬੁਰਾ ਹਾਲ ਹੈ ਬਾਈ ਜੀ। ਦੇਖੋ ਸਾਡੇ ਨਾਲ ਤਾਂ ਜਿਹੜੇ ਅਸੀਂ ਬਈਏ ਲੈ ਕੇ ਆਉਂਦੇ ਹਾਂ, ਬੜੀ ਇੱਜ਼ਤ ਨਾਲ ਲੈ ਕੇ ਆਉਂਦਾ ਸਟੇਸ਼ਨ ਤੋਂ ਜਾ ਕੇ, ਉਹਦੇ ਆਉਂਦਿਆਂ ਨੂੰ ਕੋਠਾ ਵੀ ਤਿਆਰ ਹੋਊਗਾ, ਰਾਸ਼ਨ ਵੀ ਸਾਹਮਣੇ ਪਿਆ ਹੁੰਦਾ ਵੀ ਯਾਦ ਆਊ ਜੀ ਬਈਆ ਜੀ ਤੁਹਾਡਾ ਸਮਾਨ ਪੜਾ ਹੈ। ਸਾਨੂੰ ਰਿਹਾ ਕਿ ਕੋਈ ਚਾਹ ਦਾ ਕੱਪ ਨਹੀਂ ਪੁੱਛਦਾ। ਅਸੀਂ ਕਦੇ ਕਿਤੇ ਜਿੱਥੇ ਵੀ ਕੋਈ ਚੰਗੀ ਥਾਂ ਮਾੜੀ ਥਾਂ ਸਾਈਡ 'ਤੇ ਲਾਈ, ਭੁੱਖੇ ਤਿਹਾਏ ਧੱਕੇ ਖਾਂਦੇ ਫਿਰਦੇ ਹਾਂ ਬਾਈ ਜੀ। ਦੇਖੋ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖਣੀਆਂ ਨੇਗੀਆਂ, ਸਾਡੀ ਜਿੱਤ ਤਦੇ ਬਣਨੀ ਹੈ ਜੇ ਅਸੀਂ ਇੱਕ ਥੱਲੇ ਇੱਕ ਝੰਡੇ ਥੱਲੇ ਇਕੱਠੇ ਹੋਵਾਂਗੇ, ਅਸੀਂ ਯੂਨੀਅਨ ਬਣਾਵਾਂਗੇ, ਇੱਕ ਹਿਸਾਬ ਨਾਲ ਅਸੀਂ ਚੱਲਾਂਗੇ। ਅੱਛਾ ਬੇਨਤੀਆਂ ਕਈ ਹੋਰ ਨੇ ਵੀਰ ਜੀ, ਵੀ ਜਿਵੇਂ ਬੜੇ ਤਕੜੇ ਤਕੜੇ ਬੰਦੇ ਕੰਪੈਨਾਂ ਖਿੱਚੀ ਫਿਰਦੇ ਨੇ, ਕਿਸੇ ਲਵੇ 100 ਕਿੱਲੇ, ਕਿਸੇ ਲਵੇ 70 ਕਿੱਲੇ ਨੇ, ਕਿਸੇ ਲਵੇ 20 ਕਿੱਲੇ ਨੇ, ਕਿਸੇ ਲਵੇ 50 ਕਿੱਲੇ ਨੇ। ਦੇਖੋ ਮੇਰੀ ਹੱਥ ਬੰਨ ਕੇ ਬੇਨਤੀ, ਮੈਂ ਉਹਨੂੰ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਮਸ਼ੀਨਾਂ ਖੜਾ ਦਿਓ, ਕਈ ਬੰਦਿਆਂ ਦੀਆਂ ਸਾਡੀਆਂ ਮਜਬੂਰੀਆਂ ਨੇ, ਜਿਵੇਂ ਕੋਈ 1-2 ਕਿੱਲੇ ਵਾਲਾ ਵਿਚਾਰਾ ਇੱਕ ਪੇਟ ਪਾਲਣ ਲੱਗ ਰਿਹਾ। ਹੁਣ ਜੇ ਤਕੜਾ ਬੰਦਾ ਨੇ ਉੱਥੇ ਮਸ਼ੀਨ ਚਲਾ ਦਿਓ ਤਾਂ ਜੇ 1000 ਦੇ ਬਜਾਏ 800 ਨੂੰ ਵੱਢ ਲੂ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ। ਜਿਹੜਾ ਗਰੀਬ ਕੋਈ ਵਿਚਾਰਾ ਕੰਬਾਈਨ ਵਾਲਾ ਹੈ ਉਹ ਤਾਂ ਮਾਰਿਆ ਜਾਂਦਾ, ਉਹਦੇ ਵਿਚਾਰੇ ਦੇਖਦੇ ਨੇ ਉਹਦੇ ਬੱਚੇ ਵੀ ਮੇਰੇ ਸਾਡਾ ਮਤਲਬ ਮੇਰਾ ਡੇਡੀ ਜਾਂ ਮੇਰਾ ਪਾਪਾ ਬਾਹਰ ਗਿਆ ਵਾ ਸਾਡੇ ਵਾਸਤੇ ਕੁਛ ਕਮਾ ਕੇ ਲੈ ਕੇ ਆਊਗਾ, ਉਹ ਵਿਚਾਰਾ ਜਦੋਂ ਵਾਪਸ ਮੁੜਦਾ ਫਿਰ ਉੱਧਰੋਂ ਮਤਲਬ ਉਹਦੀ ਜਾਨ ਪ੍ਰਾਣ ਨਹੀਂ ਨਿਕਲਦੇ। ਜਦੋਂ ਘਰ ਜਾ ਕੇ ਬੱਚੇ ਕੁਛ ਕਹਿੰਦੇ ਜਾਂ ਉਹਦੇ ਘਰ ਵਾਲੀ ਕੁਛ ਕਹਿੰਦੀ ਹੈ ਜੀ ਕੁਛ ਕਮਾ ਕੇ ਲੈ ਕੇ ਆਏ ਹੋ, ਬਸ ਉਹ ਵਿਚਾਰਾ ਢਿੱਲਾ ਉਹ ਕਰਕੇ ਕਹਿੰਦੇ ਬਸ ਇਹਦਾ ਕੁਛ ਨਹੀਂ ਬਚਿਆ। ਦੇਖੋ ਬਾਈ ਜੀ ਬੜੇ ਦੁੱਖ ਦੀਆਂ ਗੱਲਾਂ ਨੇ, ਇਹ ਦੁੱਖ ਦਰਦਾਂ ਨੂੰ ਮੈਂ ਖਾਸ ਕਰਕੇ ਸਮਝਦਾ, ਬਹੁਤ ਬੰਦਿਆਂ ਨਾਲ ਮੇਰੀ ਮੁਲਾਕਾਤ ਹੁੰਦੀ ਹੈ। ਅੱਛਾ ਇੱਕ ਮੈਂ ਆਪਣੇ ਅੱਖੀ ਦੇਖੀ ਵਾ ਗੱਲ ਕਰ ਰਿਹਾ ਤੁਹਾਡੇ ਨਾਲ, ਮੇਰੇ ਸਾਹਮਣੇ ਦੀ ਗੱਲ ਹੈ। ਇੱਕ ਗੁਰਸਿੱਖ ਬੰਦਾ
ਘੱਟੋ ਘੱਟ 60 ਸਾਲ ਦੀ ਉਮਰ ਹੋਣੀ, ਅੰਬਰਧਾਰੀ ਬੰਦਾ ਸੀ ਉਹ, ਨਿਹੰਗ ਸਿੰਘ ਸਿੱਖ, ਇੱਕ ਟੋਪੀ ਵਾਲਾ ਸਿਪਾਹੀ MP ਦੇ ਵਿੱਚ, ਉਹ ਸਿਲਗਟ ਲੱਗ ਰਿਹਾ ਪੀਣ, ਉਹ ਸਿੰਘ ਆਇਆ ਹੱਥ ਬੰਨਣ ਲੱਗ ਰਿਹਾ, ਉਹ 500 ਮੰਗੀ ਜਾਵੇ, ਉਹ ਕਹੇ 100 ਨਾਲ ਸਾਰ ਲੈ, ਮੈਨੂੰ ਬਚਿਆ ਕੱਖ ਨਹੀਂ। ਬਾਈ ਜੀ ਦੇਖੋ ਦੁੱਖਾਂ ਵਾਲੀਆਂ ਗੱਲਾਂ ਨੇ, ਇਹੋ ਜਿਹੇ ਦੁੱਖਾਂ ਨੂੰ ਵੀ ਧਿਆਨ 'ਚ ਰੱਖਿਆ ਕਰੋ ਵੀ ਸਾਡੇ ਨਾਲ ਕੀ ਹੋ ਰਿਹਾ, ਇੱਜ਼ਤ ਸਾਡੀ ਇੱਜ਼ਤ ਕੀ ਰਹਿ ਗਈ, ਅਸੀਂ ਭੁੱਖੇ ਮਰਨਾ ਸਾਡਾ ਹਾਲ ਹੋਇਆ ਪਿਆ। ਫਿਰ ਉਹਨੂੰ ਜੇ ਅਸੀਂ ਇੱਕਜੁੱਟ ਹੋਵਾਂਗੇ ਤਾਂ ਅਸੀਂ ਇਸ ਮਸਲੇ ਦਾ ਹੱਲ ਕਰ ਸਕਦੇ ਹਾਂ। ਵੀਰ ਜੀ ਇਹ ਗੱਲਾਂ ਮੇਰੀਆਂ ਜ਼ਰੂਰ ਪ੍ਰਵਾਨ ਕਰਿਓ, ਖਾਸ ਕਰਕੇ ਇੱਕ ਮੇਰੀ ਬੇਨਤੀ ਹੈ ਡਰਾਈਵਰ ਬਾਈਆਂ ਨੂੰ, ਜਿਹੜੇ ਕੰਪੈਨਾਂ ਦੇ ਡਰਾਈਵਰ ਨੇ ਜਾਂ ਫੋਰਮੈਨ ਨੇ, ਬਾਈ ਜੀ ਲਾਇਸੈਂਸ ਜ਼ਰੂਰ ਬਣਾਓ, ਚਾਹੇ ਤੁਹਾਡੇ ਜ਼ਿਆਦਾ ਸਾਡੀ ਲੈਣ ਇਹੀ ਹੈਗੀ, ਸਾਨੂੰ ਲਾਇਸੈਂਸ ਦੀ ਜ਼ਰੂਰੀ ਲੋੜ ਹੈ। ਫਿਰ ਅਸੀਂ ਕਿਉਂ 5-7 ਹਜ਼ਾਰ, ਚਾਹੇ 10 ਲੱਖ, 20 ਲੱਖ, ਕੁਛ ਵੀ ਲੱਗਦਾ, ਤਾਂ ਸਾਡੀ ਇਹ ਸੇਫਟੀ ਹੈਗੀ। ਖਾਸ ਕਰਕੇ ਮੈਂ ਜ਼ਰੂਰੀ ਬੇਨਤੀ ਕਰਦਾ ਡਰਾਈਵਰ ਬਾਈਆਂ ਨੂੰ ਅਤੇ ਫੋਰਮੈਨਾਂ ਨੂੰ ਵੀ ਇਹ ਗੱਲਾਂ ਜ਼ਰੂਰ ਧਿਆਨ 'ਚ ਰੱਖੋ, ਅਤੇ ਮਾਲਕਾਂ ਨੂੰ ਵੀ ਬੇਨਤੀ ਹੈ ਵੀ ਭਾਈ ਅਗਲੇ ਨੂੰ ਜ਼ਰੂਰ ਪੁੱਛਿਆ ਕਰੋ ਸਟਾਫ ਵਾਲੇ ਨੂੰ ਵੀ ਤੇਰੇ ਲਵੇ ਲਾਇਸੈਂਸ ਹੈ ਭਾਈ, ਨਹੀਂ ਲਾਇਸੈਂਸ ਉਹਦਾ ਹਿੰਮਤ ਕਰਕੇ ਲਾਇਸੈਂਸ ਬਣਾਉਣ ਦੀ ਕੋਸ਼ਿਸ਼ ਕਰੋ, ਇਹ ਸਾਡੀਆਂ ਸੇਫਟੀਆਂ ਨੇਗੀਆਂ, ਇਹ ਬੇਨਤੀਆਂ ਬਾਈ ਜੀ ਪ੍ਰਵਾਨ ਕਰਿਓ। ਸਾਈਆਂ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ, ਜਿਵੇਂ ਆਪਾਂ ਹੁਣ ਤੁਰੇ ਫਿਰ ਜਾਵਾਂਗੇ ਸਾਡੇ ਨਾਲ ਇਹੋ ਜਿਹਾ ਹਾਲ ਹੋ ਜਾਣਾ, ਅਸੀਂ ਪਹਿਲਾਂ ਅਗਲੇ ਨੂੰ ਸਾਈ ਦੇ ਕੇ ਆਇਆ ਕਰਾਂ ਕੰਪੈਨ ਵਾਲੇ ਵੀ, ਲੈ ਆਹ ਫੜ 100 ਰੁਪਇਆ, ਆਹ ਤੇਰਾ ਖੇਤ ਮੈਂ ਵਧੂੰਗਾ। ਕਣਕ ਬੀਜਣ ਵੇਲੇ ਇਹ ਹਾਲ ਹੋ ਜਾਣਾ ਸਾਡਾ। ਬਾਈ ਜੀ ਦੇਖੋ ਜਿਹਦੀ ਅਸੀਂ ਫਸਲ ਵੱਢਦੇ ਹਾਂ ਉਹ ਵੀ ਕਿਸਾਨ ਨੇ, ਸਾਡੇ ਭਰਾ ਨੇ, ਮੈਂ ਨਹੀਂ ਕਹਿੰਦਾ ਸਾਡੇ ਉਹ ਦੁਸ਼ਮਣ ਨੇ, ਪਰ ਰੇਟ ਤਾਂ ਹੋਵੇ ਨਾ, ਜਿਵੇਂ ਡੀਜ਼ਲ ਦਾ ਰੇਟ ਹੈ ਉਹਦਾ ਫਿਕਸ ਰੇਟ ਹੈ ਵੀ ਆਹ ਰੇਟ ਤੋਂ ਘੱਟ, ਜਿੰਨੇ ਮਰਜ਼ੀ ਪੈਟਰੋਲ ਪੰਪ ਤੁਸੀਂ ਜਾਓ ਤੁਹਾਨੂੰ ਇਹੀ ਰੇਟ ਮਿਲੂ, ਤੁਸੀਂ ਆਪਾਂ 3175 ਬੈਲਟ ਲੈ ਲਈਏ ਜਾਂ ਬੈਰੰਗ ਲੈ ਲਈਏ, ਤੁਹਾਨੂੰ ਇੱਦੂ ਉੱਚੇ ਰੇਟ ਤਾਂ ਬੇਸ਼ੱਕ ਮਿਲ ਜੇ, ਪੰਜਾਬ ਤੋਂ ਬਾਹਰ ਜਦੋਂ ਜਾਓਗੇ ਘੱਟ ਰੇਟ 'ਤੇ ਨਹੀਂ ਮਿਲ ਜਾਂਗੇ। ਇਹ ਗੱਲਾਂ ਵੀਰ ਜੀ ਸਾਰੀਆਂ ਧਿਆਨ 'ਚ ਰੱਖਿਓ, ਜੇ ਮੇਥੋਂ ਕੁਛ ਬੋਲਦਿਆਂ ਹੋਇਆ ਕੋਈ ਗਲਤ ਬੋਲਿਆ ਹੋਵੇ ਮੈਂ ਮਾਫ਼ੀ ਚਾਹੁੰਦਾ। ਮੇਰਾ ਨਾਮ ਗੁਰਮੇਲ ਸਿੰਘ, ਜ਼ਿਲ੍ਹਾ ਸੰਗਰੂਰ, ਨੰਬਰ 70-877-17-077 ਇਕੱਠੇ ਹੋਈ 70-877-17-077 ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਬਾਈ ਜੀ, ਬੇਨਤੀਆਂ ਪ੍ਰਵਾਨ ਕਰਿਓ, ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।